ਪਿੰਡ ਫਤਾ ਮਾਲੋਕਾ ਦੀ ਗ੍ਰਾਮ ਪੰਚਾਇਤ ਦਾ ਪੰਚਾਇਤ ਵਿਭਾਗ ਵੱਲੋਂ ਰਿਕਾਰਡ ਨਾ ਦੇਣ ਤੇ ਸਰਪੰਚ ਐਡਵੋਕੇਟ ਗੁਰਸੇਵਕ ਸਿੰਘ ਨੇ ਪੱਤਰਕਾਰਾਂ ਨੂੰ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ, ਮੇਰੇ ਪਿੰਡ ਦਾ ਪਿਛਲੇ 20 ਸਾਲਾਂ ਤੋਂ ਰੁਕਿਆ ਹੋਇਆ ਵਿਕਾਸ ਕਾਰਜ ਰਿਕਾਰਡ ਤੋੜ ਕੀਤਾ ਗਿਆ ਹੈ। ਪੰਚਾਇਤ ਵਿਭਾਗ ਨੇ ਕਿੱਥੇ ਤਾਂ ਸ਼ਲਾਘਾ ਕਰਨੀ ਸੀ, ਸਗੋਂ ਮੇਰਾ ਪੰਚਾਇਤ ਦਾ ਰਿਕਾਰਡ ਹੀ ਆਪਣੇ ਕੋਲ ਰੱਖ ਲਿਆ ਹੈ। ਇਸ ਸੰਬੰਧੀ ਡਿਪਟੀ ਕਮਿਸ਼ਨਰ ਮਾਨਸਾ, DDPO ਮਾਨਸਾ, BDPO ਸਰਦੂਰਗੜ੍ਹ ਨੂੰ ਵੀ ਮਿਲ ਲਿਆ ਹੈ, ਪਰੰਤੂ ਹਰ ਪਾਸੇ ਇੱਕੋ ਹੀ ਜਵਾਬ ਮਿਲਿਆ ਕਿ ਰਿਕਾਰਡ ਸਾਡੇ ਕੋਲ ਨਹੀਂ ਹੈ, ਜਦਕਿ ਪੰਚਾਇਤ ਸਕੱਤਰ ਮੇਰੀ ਪੰਚਾਇਤ ਦਾ ਰਿਕਾਰਡ ਲੈ ਕੇ ਗਏ ਸਨ, ਹਾਲੇ ਤੱਕ ਨਹੀਂ ਮਿਲਿਆ। ਜੇਕਰ ਗ੍ਰਾਮ ਪੰਚਾਇਤ ਦਾ ਰਿਕਾਰਡ ਨਾ ਮਿਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸੰਬੰਧਿਤ ਅਧਿਕਾਰੀਆਂ ਖਿਲਾਫ਼ ਬੰਦੀ ਕਾਰਵਾਈ ਕਰਨ ਦੀ ਮੰਗ ਕੀਤੀ। ਕਾਲੇ ਕਾਨੂੰਨ ਰੱਦ ਕਰਨ ਲਈ ਕਿਸਾਨੀ ਸੰਘਰਸ਼ ਵਿੱਚ ਜੋ ਕੰਮ ਕੀਤਾ ਜਾਂਦਾ ਹੈ ਉਸ ਦਾ ਖਮਿਆਜ਼ਾ ਪੰਜਾਬ ਸਰਕਾਰ ਤਾਂ ਪੰਚਾਇਤ ਵਿਭਾਗ ਵੱਲੋਂ ਭੁਗਤ ਰਹੇ ਹਾਂ। ਮਾਨਸਾ ਤੋਂ ਸੰਨੀ ਮਾਨ ਮੁਸਾਫਰ ਦੀ ਰਿਪੋਰਟ। ਪਿੰਡ ਫੱਤਾ ਮਾਲੋਕਾ ਦਾ ਜਿਹੜਾ ਪੰਚਾਇਤੀ ਰਿਕਾਰਡ ਹੈ ਜੀ, ਗੁੰਮ ਹੋਇਆ, ਕੀ ਕਹੋਗੇ? ਗੁੰਮ ਨਹੀਂ ਕਹਿ ਸਕਦਾ, ਕਾਫੀ ਸਮੇਂ ਤੋਂ ਜਿਹੜਾ ਹੈ ਸਾਨੂੰ ਰਿਕਾਰਡ ਨਹੀਂ ਅਵੇਲੇਬਲ ਹੋ ਰਿਹਾ। ਅਸੀਂ ਆਪਦੇ ਪੱਧਰ ਤੇ ਜਿਹੜਾ ਹੈਗਾ DC ਸਾਹਿਬ ਨੂੰ ਵੀ ਅਪਰੋਚ ਕਰ ਚੁੱਕੇ ਹਾਂ, ਔਰ ਜਿਹੜਾ DDPO ਸਾਹਿਬ ਨੂੰ ਵੀ ਕਈ ਵਾਰੀ ਫੋਨ ਤੇ ਵੀ ਔਰ ਪਰਸਨਲੀ ਜਾ ਕੇ ਵੀ ਪੰਚਾਇਤ ਨੇ ਅਪਰੋਚ ਕੀਤੀ ਹੈ। BDO ਸਾਹਿਬ ਨੂੰ ਵੀ ਕਈ ਵਾਰੀ ਲਿਖਤੀ ਰੂਪ ਦੇ ਵਿੱਚ ਵੀ, ਅਸੀਂ DC ਸਾਹਿਬ ਨੂੰ ਵੀ ਲਿਖਤੀ ਰੂਪ ਦੇ ਵਿੱਚ ਦਿੱਤਾ ਹੈ ਔਰ BDO ਸਾਹਿਬ ਨੂੰ ਵੀ ਲਿਖਤੀ ਰੂਪ ਦੇ ਵਿੱਚ ਦਿੱਤਾ ਹੈ। ਸਾਨੂੰ ਜਿਹੜਾ ਇਹਦਾ ਰਿਕਾਰਡ ਹੈ ਤਕਰੀਬਨ 10-15 ਦਿਨਾਂ ਤੋਂ, ਜਦੋਂ ਤੱਕ ਨਵੇਂ ਸੈਕਟਰੀ ਨੇ ਚਾਰਜ ਲਿਆ ਉਸ ਤੋਂ ਬਾਅਦ ਬਿਲਕੁਲ ਸਾਨੂੰ ਰਿਕਾਰਡ ਨਹੀਂ ਮਿਲ ਰਿਹਾ, ਉਹਦੇ ਕਾਰਨ ਸਾਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ ਔਰ ਅਸੀਂ Pillar 2 ਪੋਸਟ ਜਾ ਰਹੇ ਹਾਂ, ਪਰੰਤੂ ਸਾਨੂੰ ਕੋਈ ਵਾਜਬ ਉੱਤਰ ਹਜੇ ਤੱਕ ਨਹੀਂ ਮਿਲਿਆ ਕਿ ਸਾਡਾ ਰਿਕਾਰਡ ਕਿੱਥੇ ਹੈ। ਜਦੋਂ ਰਿਕਾਰਡ ਕਿਸੇ ਬੰਦੇ ਨੂੰ ਸਬਮਿਟ ਕੀਤਾ ਜਾਂ ਉਸ ਸਮੇਂ ਦਾ ਪੰਚਾਇਤ ਸੈਕਟਰੀ ਕੌਣ ਸੀ? ਜਦੋਂ ਰਿਕਾਰਡ ਸਬਮਿਟ ਹੋਇਆ ਜਾਂ ਰਿਕਾਰਡ ਅੱਗੇ ਟ੍ਰਾਂਸਫਰ ਹੋਇਆ ਉਸ ਸਮੇਂ ਗੁਰਮੇਲ ਸਿੰਘ ਨਾਂ ਦਾ ਸਾਡੇ ਕੋਲ ਪੰਚਾਇਤ ਸਕੱਤਰ ਸੀ ਔਰ ਉਹਦੀ ਕਸਟਡੀ ਦੇ ਵਿੱਚ ਰਿਕਾਰਡ ਸੀ। ਉਸ ਤੋਂ ਬਾਅਦ ਉਹਨੇ ਗੁਰਮੇਲ ਸਿੰਘ ਦੇ ਦੱਸਣ ਅਨੁਸਾਰ ਰਿਕਾਰਡ ਸ਼ਾਮ ਸੁੰਦਰ ਨੂੰ ਦੇ ਦਿੱਤਾ ਸੀ। ਸ਼ਾਮ ਸੁੰਦਰ ਸਾਡਾ ਨਵਾਂ ਪੰਚਾਇਤ ਸਕੱਤਰ ਹੈ ਔਰ ਮੈਂ ਪੰਚਾਇਤ ਸਕੱਤਰ ਨੂੰ ਕਾਫੀ ਵਾਰੀ ਬੇਨਤੀ ਕਰ ਚੁੱਕਿਆ ਸ਼ਾਮ ਸੁੰਦਰ ਨੂੰ ਕਿ ਉਹ ਆ ਕੇ ਜਿਹੜਾ ਪੰਚਾਇਤ ਦੇ ਕੰਮ, ਜਿਵੇਂ ਕਿ ਸਾਡੇ ਕੋਲ 15ਵੇਂ ਵਿੱਤ ਕਮਿਸ਼ਨ ਦੇ ਔਰ 14ਵੇਂ ਵਿੱਤ ਕਮਿਸ਼ਨ ਦੇ ਕਾਫੀ ਪੈਸੇ ਪਏ ਨੇ ਔਰ ਸਾਡੇ ਵਿਕਾਸ ਕਾਰਜ ਜਿਹੜੇ ਹੈਗੇ ਨੇ ਰੁਕੇ ਪਏ ਨੇ ਸਿਰਫ ਰਿਕਾਰਡ ਦੀ ਅਵੇਲੇਬਿਲਟੀ ਹੋਣ ਨਾ ਕਾਰਨ। ਤਾਂ ਸਾਨੂੰ ਪੰਚਾਇਤ ਸਕੱਤਰ ਨੇ ਇਹ ਗੱਲ ਕਹੀ ਕਿ ਮੇਰਾ ਜਿਹੜਾ ਰਿਕਾਰਡ ਹੈ ਆਪਣੀ ਪੰਚਾਇਤ ਦਾ ਉਹ DDPO ਸਾਹਿਬ ਕੋਲ ਚਲਿਆ ਗਿਆ। ਅਸੀਂ ਪੰਚਾਇਤ DDPO ਸਾਹਿਬ ਨੂੰ ਪਰਸਨਲੀ ਜਾ ਕੇ ਮਿਲੇ, DDPO ਸਾਹਿਬ ਨੇ ਦੱਸਿਆ ਕਿ ਉਹਨਾਂ ਪਾਸੇ ਰਿਕਾਰਡ ਨਹੀਂ ਹੈ ਔਰ ਅੱਜ ਵੀ ਮੇਰੀ DDPO ਸਾਹਿਬ ਨਾਲ ਵੀ ਫੋਨ ਤੇ ਗੱਲ ਹੋਈ ਹੈ। ਉਹਨਾਂ ਨੇ ਮੈਨੂੰ ਇੱਥੋਂ ਤੱਕ ਕਿਹਾ ਕਿ ਜਿਹੜਾ ਪੰਚਾਇਤ ਸਕੱਤਰ ਇਹ ਕਹਿੰਦਾ ਹੈ ਕਿ ਰਿਕਾਰਡ ਮੈਂ ਲੈ ਕੇ ਆ ਤਾਂ ਉਹ ਆਪਦਾ ਬਿਆਨ ਜਿਹੜਾ ਹੈ BDPO ਸਾਹਿਬ ਕੋਲ ਲਿਖਾ ਦੇ। ਕੀ ਤੁਹਾਡੀ ਕੋਈ ਜ਼ਿਲ੍ਹਾ ਪ੍ਰਸ਼ਾਸਨ ਕੋਲ ਕੰਪਲੇਂਟ ਸੀ ਜਾਂ ਤੁਹਾਡਾ ਰਿਕਾਰਡ ਹੀ ਕਿਉਂ ਮਤਲਬ ਕਿ ਇੱਦਾਂ ਹੋਇਆ? ਨਹੀਂ ਦੇਖੋ, ਮੇਰੇ ਖਿਲਾਫ ਅੱਜ ਤੱਕ ਵਾਹਿਗੁਰੂ ਦੀ ਕਿਰਪਾ ਦੇ ਕਾਰਨ ਜਿਹੜਾ ਹੈ ਕੋਈ ਲਿਖਤੀ ਸ਼ਿਕਾਇਤ ਨਹੀਂ ਹੈ। ਮੈਂ DC ਸਾਹਿਬ ਨੂੰ ਵੀ ਪੇਸ਼ ਹੋ ਕੇ ਦੱਸਿਆ ਹਾਂ ਔਰ ਮੈਂ DDPO ਸਾਹਿਬ ਦੇ ਵੀ ਮੈਂ ਪੇਸ਼ ਹੋ ਕੇ ਉਹਨਾਂ ਤੋਂ ਵੀ ਪੁੱਛਿਆ ਵੀ ਮੇਰੇ ਖਿਲਾਫ ਕੋਈ ਸ਼ਿਕਾਇਤ ਤਾਂ ਉਹਨਾਂ ਨੇ ਦੱਸਿਆ ਵੀ ਤੁਹਾਡੇ ਖਿਲਾਫ ਕੋਈ ਸ਼ਿਕਾਇਤ ਨਹੀਂ ਹੈ। BDO ਸਾਹਿਬ ਨੂੰ ਮੈਂ ਪਹਿਲਾਂ ਵੀ ਮਿਲਿਆ ਸੀ, ਅੱਜ ਵੀ ਮਿਲ ਕੇ ਆਇਆ ਔਰ ਜਿਹੜਾ ਹੈ ਉਹਨਾਂ ਨੂੰ ਵੀ ਮੈਂ ਪੁੱਛਿਆ ਵੀ ਮੇਰੇ ਖਿਲਾਫ ਕੋਈ ਲਿਖਤੀ ਸ਼ਿਕਾਇਤ ਤਾਂ ਉਹਨਾਂ ਨੇ ਵੀ ਦੱਸਿਆ ਵੀ ਤੁਹਾਡੇ ਖਿਲਾਫ ਕੋਈ ਲਿਖਤੀ ਸ਼ਿਕਾਇਤ ਨਹੀਂ। ਪਤਾ ਨਹੀਂ ਕਿਉਂ ਜਿਹੜਾ ਹੈ ਸਾਨੂੰ ਸਮੁੱਚੇ ਨਗਰ ਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪੈ ਰਿਹਾ, ਉਹ ਅੱਜ ਤੋਂ ਨਹੀਂ ਹੈ ਇਹ ਔਰ ਪਿੱਛੇ ਕੋਈ 15-20 ਦਿਨਾਂ ਤੋਂ ਸਾਨੂੰ ਇਸ ਚੀਜ਼ ਦਾ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕੀ ਲੱਗਦਾ ਤੁਹਾਨੂੰ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਕੋਈ ਪੋਲੀਟੀਕਲ ਜਾਂ ਕੋਈ ਇਸ ਤਰ੍ਹਾਂ ਦੀ? ਦੇਖੋ ਮੈਂ ਸਪਸ਼ਟ ਤੌਰ 'ਤੇ ਤਾਂ ਕੁਛ ਨਹੀਂ ਕਹਿ ਸਕਦਾ ਅਜੇ, ਪਰ ਜਿਹੜਾ ਹੈ ਵਾਕਈ ਇਹਦੇ ਪਿੱਛੇ ਕਿਸੇ ਨਾ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦਾ ਵੀ ਹੋ ਸਕਦਾ ਔਰ ਕਿਸੇ ਸਿਆਸੀ ਬੰਦੇ ਦਾ ਵੀ ਹੋ ਸਕਦਾ। ਵੈਸੇ ਮੈਂ ਜਿਹੜਾ ਹੈ ਖੁਦ ਕਾਂਗਰਸ ਪਾਰਟੀ ਨਾਲ ਰਿਲੇਟਡ ਹਾਂ, 50 ਸਾਲ ਤੋਂ ਅਸੀਂ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਜੁੜੇ ਹੋਏ ਹਾਂ ਔਰ ਮੇਰੇ ਦਾਦਾ ਜੀ, ਮੇਰੇ ਪਿਤਾ ਜੀ ਔਰ ਮੈਂ ਵੀ ਕਾਂਗਰਸ ਪਾਰਟੀ ਦੀ ਕਾਫੀ ਲੰਬੇ ਅਰਸੇ ਤੋਂ ਸੇਵਾ ਕੀਤੀ ਹੈ। ਸੋ ਇਸ ਤਰ੍ਹਾਂ ਸਾਨੂੰ ਪੰਜਾਬ ਸਰਕਾਰ ਤੋਂ ਤਾਂ ਉਮੀਦ ਨਹੀਂ ਹੈ ਕਿ ਪੰਜਾਬ ਸਰਕਾਰ ਕੁਛ ਐਸਾ ਕਰ ਸਕਦੀ ਹੈ, ਪਰ ਕਿਸੇ ਸਿਆਸੀ ਆਗੂ ਦਾ ਹੋ ਸਕਦਾ, ਮੈਂ ਨਾਮ ਨਹੀਂ ਲਵਾਂਗਾ। ਕੋਈ ਪੰਚਾਇਤ ਸਰਪੰਚ ਹੋਣ ਦੇ ਨਾਂ ਤੇ ਤੁਸੀਂ ਪਿਛਲੇ ਦਿਨ ਕਿਸਾਨ ਯੂਨੀਅਨ 'ਚ ਸਰਗਰਮ ਹੋ, ਕੋਈ ਇਸ ਤਰ੍ਹਾਂ ਦੀ ਵੀ ਗੱਲ ਹੋ ਸਕਦੀ ਹੈ ਵੀ ਤੁਹਾਨੂੰ ਇਸ ਕਰਕੇ? ਦੇਖੋ ਮੈਂ ਵਾਕਈ ਇਹ ਗੱਲ ਸਹੀ ਹੈ ਕਿ ਪਿੱਛੇ ਸਾਰੀ ਮੈਂ ਨਹੀਂ, ਮੈਂ ਮੇਰਾ ਸਮੁੱਚਾ ਨਗਰ ਔਰ ਮੇਰੀ ਜਿਹੜੀ ਪੰਚਾਇਤ ਹੈ ਅਸੀਂ ਵਾਕਈ ਕਿਸਾਨੀ ਸੰਘਰਸ਼ ਲਈ ਕੰਮ ਕਰ ਰਹੇ ਹਾਂ। ਤਕਰੀਬਨ 7-8 ਮਹੀਨੇ ਤੋਂ ਅਸੀਂ ਲੱਗੇ ਹੋਏ ਹਾਂ ਔਰ ਜਿਹੜੀ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਖੜੀ ਹੈ ਔਰ ਜਿਸ ਦਿਨ ਅਸੀਂ DC ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਹਾਂ ਉਸ ਦਿਨ ਵਾਕਈ ਮੇਰੇ ਨਾਲ ਜਿਹੜੇ ਇਹ ਸੀ ਆਪਣੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿੰਨੇ ਵੀ ਅਹੁਦੇਦਾਰ ਸੀ, ਚਾਹੇ ਉਹ ਬਲਾਕ ਦੇ ਹੋਣ ਜਾਂ ਜ਼ਿਲ੍ਹੇ ਦੇ ਹੋਣ, ਮੇਰੇ ਨਾਲ ਗਏ ਸੀ ਔਰ ਉਹਨਾਂ ਨੇ ਸਮੁੱਚੇ ਤੌਰ 'ਤੇ ਜਿਹੜਾ ਹੈ DC ਸਾਹਿਬ ਨੂੰ ਦੱਸਿਆ ਸੀ ਕਿ ਸਰਪੰਚ ਸਾਡੇ ਲਈ ਕੰਮ ਕਰਦਾ ਔਰ ਇਹਨੂੰ ਇਹਨਾਂ ਚੀਜ਼ਾਂ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਉਹ ਮੇਰੇ ਨਾਲ ਨੇ ਸਾਰੇ। ਲਾਸਟ ਸਵਾਲ ਆ ਸਰਪੰਚ ਸਾਹਿਬ, ਰਿਕਾਰਡ ਨਾ ਹੋਣ ਕਰਕੇ ਪੰਚਾਇਤ ਨੂੰ ਕਿਹੜੇ ਵਿਕਾਸ 'ਚੋਂ ਜ਼ਿਆਦਾ ਤੁਹਾਨੂੰ ਮੁਸ਼ਕਲਾਂ ਨੇ? ਬਹੁਤ ਜ਼ਿਆਦਾ ਆ ਰਹੀਆਂ ਸਾਨੂੰ ਮੁਸ਼ਕਲਾਂ ਸਾਡੇ ਕੋਲ। ਅਸੀਂ ਬਹੁਤ ਤਰ੍ਹਾਂ ਦੇ ਕੰਮ ਚਲਾਏ ਹੋਏ ਨੇ, ਮਨਰੇਗਾ ਦੇ ਵਿੱਚ ਵੀ ਮੈਂ ਆਪਦੇ ਧਿਆਨ ਵਿੱਚ ਲਿਆ ਦੇਣਾ ਚਾਹੁੰਦਾ, ਜਦੋਂ ਤੋਂ ਮੈਂ ਜਿਹੜਾ ਚਾਰਜ ਸੰਭਾਲਿਆ ਬਤੌਰ ਸਰਪੰਚ ਤਾਂ ਮੈਨੂੰ 2018-15 ਅਗਸਤ ਨੂੰ ਜਿਹੜਾ
SDM अपने सीए मुहम्मद लतीफ जी उन्होंने वालों सम्मान किया गया सी और 26 जनवरी 2019 मैं डीसी साहब मानसा और अपने मंत्री फूड सप्लाई वाले उन्होंने सम्मान किया और मैं जे अज जे ने साढ़े सारे काम ठप ने और सू बड़ी मुश्किल आ रही है ईवन के साड़िया जिहड़ियां काम असीं चला ले सी उन्हां दीआं पेमेंट्स मटीरियल दीआं पेमेंट्स और मिस्त्रियां दी पेमेंट सारे वो साड़ी पंचायत की जिहड़ी है साढ़े तो वार बार मंग कर रहे और असीं जिहड़े हैगे आ लाचार हाँ उन्हां दी पेमेंट्स नहीं कर रहे तो ये वाकई जिहड़ा हैगा इस चीज़ का असर साढ़े विकास कार्यां ते पै रहा है। कोई रिकॉर्ड नाल तुहाडे मन च ये भी है कोई रिकॉर्ड नाल भी छेड़छाड़ की? बिल्कुल बिल्कुल, देखो मैं वकील हाँ, मैनू जदों इस गल का खदशा है कि जिवें मैं अज बीडीओ साहब नूं भी जाके पुछिया सी कि किस तरह का कोई लैटर जारी किया हो।